ਸਤਿ ਸ਼੍ਰੀ ਅਕਾਲ ਜੀ, ਮੈਂ ਦਿਲਜੀਤ ਸੋਨਾ, ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਤੋਂ। ਅਸੀਂ ਚਿੱਟੇ ਦੇ ਖਿਲਾਫ ਜੋ ਕਾਲਾ ਹਫ਼ਤਾ ਅੱਜ ਸ਼ੁਰੂ ਹੋਇਆ ਉਹਦਾ ਬਿਲਕੁਲ ਸਮਰਥਨ ਕਰਦੇ ਹਾਂ ਤੇ ਅਸੀਂ ਅੱਜ ਤੋਂ ਹੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨਸ਼ੇ ਦੇ ਖਿਲਾਫ ਨਾਟਕ ਕਰਨ ਜਾ ਰਹੇ ਹਾਂ। ਮੇਰੀ ਸਾਰੀ ਟੀਮ ਬਿਲਕੁਲ ਤਿਆਰ ਹੈ। ਅਸੀਂ ਨਸ਼ੇ ਦੇ ਖਿਲਾਫ ਇੱਕ ਬੜਾ ਅੱਛਾ ਨਾਟਕ ਹੈ ਜਿਹੜਾ ਜਨਤਾ ਨੂੰ ਚੰਗੀ ਸਿਹਤ ਦੇਵੇਗਾ। ਕੋਸ਼ਿਸ਼ ਹੈ ਸਾਡੀ ਕਿ ਇੱਕ ਡਰਾਮਾ ਡਰਾਮਾ ਤੇ ਪੂਰਾ ਕੰਮ ਕੀਤਾ ਜਾਵੇ। ਸੋ ਥੈਂਕ ਯੂ ਮੇਰੀ ਟੀਮ ਦਾ ਜਾਣੂ ਸ਼ਾਹ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਸਜੀਤ ਸਿੰਘ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਬੀਬਗੀਰ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਹਿਸ਼ਤ ਕੌਰ ਹੈ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਨੀਤੂ ਸਿੰਘ, ਚਿੱਟੇ ਦੇ ਖਿਲਾਫ ਤੇ ਕਾਲੇ ਹਫ਼ਤੇ ਦਾ ਸਮਰਥਨ ਕਰਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਸਿੰਘ, ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ਼ੀਸ਼ ਰਾਜਪੂਤ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਦੀਪ ਸਿੰਘ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਚਵੀਰ ਸਿੰਘ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜਿੰਦਰ ਸਿੰਘ ਤੇ ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੈਸਮੀਨ ਕੌਰ, ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਨਿਸ਼ਾ ਗਰੋਵਰ ਤੇ ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ੈਲੀ ਔਰ ਮੈਂ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਸਮਰਥਨ ਕਰਦੀ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸ਼ਰਨਜੀਤ ਸਿੰਘ ਰਟੌਰ, ਪਾਸ ਦੀ ਅਸਰ ਨੂੰ ਜਲਾਈ ਹੋਣਾ ਪੈ ਰਿਹਾ ਵਾ ਇਸ ਵਿਸ਼ੇ ਦੇ ਕਾਰਨ, ਕਿਉਂਕਿ ਜਦੋਂ ਨਸਲਾਂ ਜਿਹੜੀਆਂ ਨਸਲਾਂ ਖਤਮ ਹੋਣ ਜਾ ਜਾਣ ਤੇ ਉਹਦੇ ਵਾਂਗ ਰੀਜ਼ਨ ਬਹੁਤ ਕਾਰਨ ਹੁੰਦੇ ਆ। ਪ੍ਰਿਟੀਕਲ ਸਾਹਿਬ ਜਿਹੜੇ ਲੋਕ ਪ੍ਰਿਟੀਕਲ ਲੋਕ ਆ ਆਪਣੇ ਇਸ਼ੂ ਆਪਣੇ ਪਾਵਰਾਂ ਨੂੰ ਲੈਣ ਵਾਸਤੇ ਨੌਜਵਾਨਾਂ ਨੂੰ ਮਤਲਬ ਕਿ ਗੁਮਰਾਹ ਕਰਕੇ ਉਹਨਾਂ ਦੀਆਂ ਰਗਾਂ ਦੇ ਵਿੱਚ ਇੱਕ ਚਿੱਟਾ ਜਿਹਾ ਜਿਹੜਾ ਪੰਜਾਬ 'ਚ ਭਰਿਆ ਜਾ ਰਿਹਾ ਵਾ। ਜੇ ਅੱਜ ਵੀ ਆਪਾਂ ਜਾਗੇ, ਆਪਾਂ ਨੂੰ ਜਾਗਣਾ ਬਹੁਤ ਜ਼ਰੂਰੀ ਆ। ਜਿੰਨੇ ਵੀ ਮੇਰੇ ਦੇਸ਼ ਵਿਦੇਸ਼ ਵਿੱਚ ਵਸਦੇ ਜਿੰਨੇ ਵੀ ਮੇਰੇ ਸੱਜਣ ਮਿੱਤਰ, ਜਿਹੜੇ ਪੰਜਾਬ ਦਰਦੀ ਆ, ਉੱਤਾਂ ਦੇ ਦਰਦੀ ਆ, ਉਹ ਇਸ ਚੀਜ਼ 'ਤੇ ਪਹਿਰਾ ਦੇਣ, ਕਿਉਂਕਿ ਬਹੁਤ ਲੋੜ ਆ। ਅੱਜ ਹਰ ਦੂਜੇ ਦਿਨ ਹਰ ਨਗਰ ਅੰਦਰੋਂ ਨੌਜਵਾਨ ਜਿਹੜੇ ਆ ਡਰੱਗ ਦੇ ਨਾਲ ਖਤਮ ਹੋ ਰਹੇ ਆ। ਬੜਾ ਜ਼ਰੂਰੀ ਹੈ ਸਾਨੂੰ, ਜੇ ਅੱਜ ਵੀ ਨਾ ਜਾਗੇ ਤਾਂ ਪਛੋਤਾਉਣ ਤੋਂ ਸਵਾਲ ਸਾਡੇ ਪੱਲੇ ਕੱਖ ਨਹੀਂ ਜੇ ਰਹਿਣਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਆ, ਸਮੁੱਚੇ ਵਰਲਡ ਦੇ ਵਿੱਚ ਜਿੰਨੇ ਵੀ ਪੰਜਾਬ ਦਰਦੀ ਆ, ਮਨੁੱਖੀ ਹਿਤੈਸ਼ੀ ਹੋ ਗਿਆ, ਉਹ ਸਾਰੇ ਪੰਜਾਬ 'ਚ ਇਸ ਲਹਿਰ ਦਾ ਸਾਥ ਦੇਣ। ਮੈਂ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਸਟੇਜ ਦੇ ਉੱਪਰੋਂ ਮੈਂ ਚਿੱਟੇ ਦੇ ਵਿਰੋਧ ਵਿੱਚ ਕਾਲੇ ਹਫ਼ਤੇ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ। ਤਾਂ ਮੈਂ ਆਪ ਸਭ ਨੂੰ ਵੀ ਕਹਿੰਦਾ ਸਾਡੀ ਲਹਿਰ ਦਾ ਸਾਥ ਦਿਓ ਅਤੇ ਪੰਜਾਬ 'ਚ ਵਿੱਚੋਂ ਜੇ ਡਰੱਗ ਟੈਰੋਰਿਜ਼ਮ ਚੱਲ ਰਿਹਾ ਅਤੇ ਨਸ਼ਿਆਂ ਦਾ ਅਤਵਾਦ, ਇਹਨੂੰ ਪੂਰੀ ਤਰ੍ਹਾਂ ਖਤਮ ਕਰੀਏ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਈਏ। ਸੋ ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਾਹਿਬ ਅਤੇ ਮੈਂ ਜੋ ਚਿੱਟੇ ਦੇ ਖਿਲਾਫ ਕਾਲੇ ਹਫ਼ਤੇ ਦਾ ਜੋ ਇੱਕ ਮੁਹਿੰਮ ਚੱਲੀ ਆ ਉਹਦਾ ਸਮਰਥਨ ਕਰਦਾ ਪੂਰੇ ਤਰੀਕੇ ਨਾਲ, ਅਤੇ ਤੁਹਾਨੂੰ ਸਭ ਨੂੰ ਅਪੀਲ ਕਰਦਾ ਕਿ ਇਹ ਪੰਜਾਬ ਜਿਹੜਾ ਇਹ ਆਪਣਾ, ਇਹਨੂੰ ਆਪਾਂ ਬਚਾਉਣਾ, ਇਹਨੂੰ ਸਰਕਾਰਾਂ ਨੇ ਨਹੀਂ ਬਚਾਉਣਾ। ਆਪੋ ਆਪਣੀ ਜ਼ਿੰਮੇਵਾਰੀ ਸਮਝੋ, ਆਪਣੇ ਆਪਣੇ ਲੈਵਲ 'ਤੇ ਜਿਹੜਾ ਆਪਾਂ ਲੋਕਾਂ ਨੂੰ ਸਮਝਾਈਏ, ਲੋਕਾਂ ਨੂੰ ਅਵੇਅਰ ਕਰੀਏ। ਸੋ ਸਾਰਿਆਂ ਨੂੰ ਅਪੀਲ ਹੈਗੀ, ਥੈਂਕ ਯੂ।
ਸੋ ਦੋਸਤੋ ਸਾਡੀ ਇਸ ਕੋਸ਼ਿਸ਼ ਨਾਲ ਜੇ ਕੋਈ ਦੋਸਤ ਜੁੜਨਾ ਚਾਹੁੰਦਾ ਹੈ, ਜੇ ਕੋਈ ਸਾਡੀ ਟੀਮ ਦੇ ਨਾਲ ਨਾਟਕ ਕਰਨਾ ਚਾਹੁੰਦਾ ਹੈ, ਉਹ ਉਹਨੂੰ ਖੁੱਲ੍ਹਾ ਸਕਦਾ ਹੈ, ਉਹ ਆ ਕੇ ਦੇਖ ਵੀ ਸਕਦਾ ਹੈ, ਕਰ ਵੀ ਸਕਦਾ ਹੈ, ਅਤੇ ਉਹਦੇ ਵਿੱਚ ਇਸ ਮੁਹਿੰਮ ਦਾ ਹਿੱਸਾ ਬਣ ਸਕਦਾ, ਕਿਉਂਕਿ ਇਹ ਆਉਣ ਵਾਲੇ ਪੂਰੇ ਹਫ਼ਤੇ ਅਸੀਂ ਵੱਖ ਵੱਖ ਪਿੰਡਾਂ ਵਿੱਚ ਤਕਰੀਬਨ 25 ਤੋਂ 30 ਜਾਂ ਇਸ ਤੋਂ ਵੀ ਜ਼ਿਆਦਾ ਨਾਟਕ ਖੇਡਦੇ ਹਾਂ, ਅਤੇ ਵੱਖ ਵੱਖ ਜਗ੍ਹਾ 'ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰਨਾ ਹੈ। ਸੋ ਥੈਂਕ ਯੂ ਸੋ ਮੱਚ।